Hello friends, Sat Shri Akal. I am Jagmeet Singh from GGN Institute of Management and Technology. I am working in Department of Computer Application. Now it is already week 3 of nationwide lockdown in India and is supposed to be lifted on May 1 in Punjab. Hope all of you are fine and doing well at your home. It is very challenging time and we as a team of GGNIT trying our best to provide online study material to our student. My today lecture is on topic inheritance, and I will try my best to deliver this lecture to our students in simplified manner with mixture of English and Punjabi. Inheritance is a process of deriving a new class from existing class, where old class is referred as base class and new class is referred as derived class. ਹੁਣ ਹੋ ਕੀ ਰਿਹਾ ਆਪਾਂ ਇੱਕ ਆਲਰੇਡੀ ਟੈਸਟਡ ਕਲਾਸ ਤੋਂ ਇੱਕ ਨਵੀਂ ਕਲਾਸ ਬਣਾ ਰਹੇ ਹਾਂ ਐਡਵਾਂਟੇਜ ਕੀ ਆ ਆਪਾਂ ਨੂੰ ਉਹ ਸਾਰਾ ਕੋਡ ਦੁਬਾਰਾ ਲਿਖਣ ਦੀ ਕੋਈ ਰਿਕੁਆਇਰਮੈਂਟ ਨਹੀਂ ਜਿਹੜੀ ਕਿ ਆਪਣੀ ਪੁਰਾਣੀ ਕਲਾਸ ਹੈ ਉਹਨੂੰ ਆਪਾਂ ਬੋਲਾਂਗੇ ਸੁਪਰ ਕਲਾਸ ਬੇਸ ਕਲਾਸ ਜਿਹਦੀ ਫੰਕਸ਼ਨੈਲਿਟੀ ਆਪਾਂ ਡਰਾਈਵ ਕਰਾਂਗੇ ਸਬ ਕਲਾਸ ਦੇ ਅੰਦਰ ਹੁਣ ਉਹਦੇ ਨਾਲ ਕੀ ਹੈ ਬੇਸ ਕਲਾਸ ਦਾ ਸਾਰਾ ਡਾਟਾ ਡਰਾਈਵ ਕਲਾਸ 'ਚ ਆ ਜੂਗਾ ਅਤੇ ਆਪਾਂ ਡਰਾਈਵ ਕਲਾਸ 'ਚ ਨਵਾਂ ਡਾਟਾ ਐਡ ਕਰ ਸਕਦੇ ਹਾਂ ਹੁਣ ਵਟ ਇਜ਼ ਦਾ ਨੀਡ ਆਫ ਇਨਹੈਰੀਟੈਂਸ ਹੁਣ ਤੁਸੀਂ ਐਗਜ਼ਾਮਪਲ ਨੂੰ ਕੰਸਿਡਰ ਕਰੋ ਸਪੋਜ਼ ਆਪਣੇ ਕੋਲ ਕਲਾਸ ਹੈ ਬੱਸ ਕਲਾਸ ਕਾਰ ਕਲਾਸ ਐਂਡ ਟਰਕ ਕਲਾਸ ਤਿੰਨਾਂ 'ਚ ਸੇਮ ਨੇਮ ਫੰਕਸ਼ਨ ਹੈ ਫਿਊਲ ਅਮਾਊਂਟ ਕਪੈਸਿਟੀ ਐਂਡ ਅਪਲਾਈ ਬ੍ਰੇਕਸ ਹੁਣ ਜਦ ਆਪਾਂ ਅਲੱਗ ਅਲੱਗ ਕਲਾਸਾਂ ਬਣਾ ਰਹੇ ਹਾਂ ਤਾਂ ਤਿੰਨੋਂ ਫੰਕਸ਼ਨ ਆਪਾਂ ਨੂੰ ਅਲੱਗ ਤੋਂ ਲਿਖਣੇ ਪੈਣਗੇ ਹੁਣ ਇਹਦੇ ਨਾਲ ਕੀ ਹੋ ਰਿਹਾ ਡੁਪਲੀਕੇਸ਼ਨ ਆਫ ਕੋਡ ਹੋ ਰਿਹਾ ਅਤੇ ਐਰਰ ਦੇ ਚਾਂਸਿਸ ਵੀ ਵੱਧ ਰਹੇ ਹੈ ਮੈਮਰੀ ਵੀ ਵੱਧ ਲੱਗ ਰਹੀ ਹੈ ਹੁਣ ਟੂ ਅਵੋਇਡ ਦਿਸ ਆਪਾਂ ਕੀ ਕਰਾਂਗੇ ਇਨਹੈਰੀਟੈਂਸ ਯੂਜ਼ ਕਰਾਂਗੇ ਹੁਣ ਕਿੱਦਾਂ ਯੂਜ਼ ਕਰ ਸਕਦੇ ਹਾਂ ਇਨਹੈਰੀਟੈਂਸ ਯੂਜ਼ ਕਰਨ ਲਈ ਆਪਾਂ ਨੂੰ ਇੱਕ ਬੇਸ ਕਲਾਸ ਬਣਾਉਣੀ ਪੈਣੀ ਹੈ ਵਾਈਕਲ ਹੁਣ ਵਾਈਕਲ ਕਲਾਸ ਵਿੱਚ ਆਪਾਂ ਉਹ ਸਾਰੇ ਦੇ ਸਾਰੇ ਫੰਕਸ਼ਨ ਲਿਖ ਦੇਵਾਂਗੇ ਫਿਊਲ ਅਮਾਊਂਟ ਕਪੈਸਿਟੀ ਅਤੇ ਅਪਲਾਈ ਬ੍ਰੇਕ ਅਤੇ ਇੱਕੋ ਵਾਰੀ ਕੋਡ ਲਿਖਾਂਗੇ ਅਤੇ ਤਿੰਨ ਵੱਖਰੀਆਂ ਕਲਾਸਾਂ 'ਚ ਬੱਸ ਕਲਾਸ ਕਾਰ ਕਲਾਸ ਅਤੇ ਟਰੱਕ ਕਲਾਸ 'ਚ ਉਹਨੂੰ ਇਨਹੈਰਿਟ ਕਲਾ ਲਾ ਹੁਣ ਉਹਦਾ ਐਡਵਾਂਟੇਜ ਕੀ ਹੈ ਕਿ ਆਪਾਂ ਨੂੰ ਕੋਡ ਇੱਕ ਵਾਰੀ ਲਿਖਣਾ ਪਿਆ ਅਤੇ ਉਹਨੂੰ ਆਪਾਂ ਤਿੰਨ ਵਾਰੀ ਯੂਜ਼ ਕਰ ਸਕਦੇ ਹਾਂ ਅਲੱਗ ਅਲੱਗ ਕਲਾਸਿਸ ਦੇ ਅੰਦਰ ਦਿਸ ਇਜ਼ ਦਾ ਐਡਵਾਂਟੇਜ ਆਫ ਇਨਹੈਰੀਟੈਂਸ ਰਿਡੰਡੈਂਸੀ ਬਚਦੀ ਹੈ ਅਤੇ ਆਪਣੀ ਮੈਮਰੀ ਵੀ ਘੱਟ ਲੱਗਦੀ ਹੈ ਹੁਣ ਇਸ ਐਗਜ਼ਾਮਪਲ ਦੇ ਅੰਦਰ ਦੇਖੋ ਤੁਸੀਂ ਇੱਕ ਪੇਰੈਂਟ ਕਲਾਸ ਹੈ ਅਤੇ ਚਾਈਲਡ ਕਲਾਸ ਹੈ ਚਾਈਲਡ ਕਲਾਸ ਪੇਰੈਂਟ ਕਲਾਸ ਤੋਂ ਇਨਹੈਰਿਟ ਹੋ ਰਹੀ ਹੈ ਪਬਲਿਕ ਮੋਡ ਦੇ ਅੰਦਰ ਅਤੇ ਪੇਰੈਂਟ ਦਾ ਡਾਟਾ ਚਾਈਲਡ ਵਿੱਚ ਆ ਰਿਹਾ ਨਾ ਡੈਰੀਵੇਸ਼ਨ ਦੇਅਰ ਆਰ 3 ਟਾਈਪਸ ਆਫ ਡੈਰੀਵੇਸ਼ਨ ਪਬਲਿਕ ਮੋਡ ਵਿੱਚ ਡੈਰੀਵੇਸ਼ਨ ਕਰ ਸਕਦੇ ਹਾਂ ਪ੍ਰੋਟੈਕਟਿਡ ਮੋਡ ਵਿੱਚ ਅਤੇ ਪ੍ਰਾਈਵੇਟ ਮੋਡ ਵਿੱਚ ਇੱਕ ਚੀਜ਼ ਧਿਆਨ ਰੱਖਣਾ ਕਦੇ ਵੀ ਬੇਸ ਕਲਾਸ ਦਾ ਪ੍ਰਾਈਵੇਟ ਡਾਟਾ ਇਨਹੈਰਿਟ ਨਹੀਂ ਹੋ ਸਕਦਾ ਪ੍ਰਾਈਵੇਟ ਡਾਟਾ ਇਜ਼ ਨੋਟ ਇਨਹੈਰਿਟੇਬਲ ਹੁਣ ਆਪਾਂ ਇਨਹੈਰਿਟ ਕਿਹੜਾ ਡਾਟਾ ਕਰ ਸਕਦੇ ਹਾਂ ਪ੍ਰੋਟੈਕਟਿਡ ਅਤੇ ਪਬਲਿਕ ਜਦੋਂ ਆਪਾਂ ਪਬਲਿਕ ਇਨਹੈਰੀਟੈਂਸ ਕਰਾਂਗੇ ਤਾਂ ਬੇਸ ਕਲਾਸ ਦਾ ਪਬਲਿਕ ਅਤੇ ਪ੍ਰੋਟੈਕਟਿਡ ਡਾਟਾ ਸੇਮ ਰਹੂਗਾ ਡਰਾਈਵ ਕਲਾਸ ਦੇ ਅੰਦਰ ਜਦ ਆਪਾਂ ਪ੍ਰੋਟੈਕਟਿਡ ਇਨਹੈਰੀਟੈਂਸ ਕਰਾਂਗੇ ਤਾਂ ਬੇਸ ਕਲਾਸ ਦਾ ਪਬਲਿਕ ਅਤੇ ਪ੍ਰੋਟੈਕਟਿਡ ਡਾਟਾ ਆ ਕੇ ਪ੍ਰੋਟੈਕਟਿਡ ਬਣ ਜੂਗਾ ਅਤੇ ਜਦੋਂ ਆਪਾਂ ਪ੍ਰਾਈਵੇਟ ਇਨਹੈਰੀਟੈਂਸ ਕਰਾਂਗੇ ਤਾਂ ਬੇਸ ਕਲਾਸ ਦਾ ਪਬਲਿਕ ਅਤੇ ਪ੍ਰੋਟੈਕਟਿਡ ਡਾਟਾ ਡਰਾਈਵ ਕਲਾਸ ਦੇ ਅੰਦਰ ਆ ਕੇ ਪ੍ਰਾਈਵੇਟ ਬਣ ਜੂਗਾ ਨਾ ਟਾਈਪਸ ਆਫ ਇਨਹੈਰੀਟੈਂਸ ਦੇਅਰ ਆਰ 5 ਟਾਈਪਸ ਆਫ ਇਨਹੈਰੀਟੈਂਸ ਪਹਿਲੀ ਹੈ ਸਿੰਗਲ ਇਨਹੈਰੀਟੈਂਸ ਸਿੰਗਲ ਇਨਹੈਰੀਟੈਂਸ ਇੱਕੋ ਹੀ ਬੇਸ ਕਲਾਸ ਹੈ ਤਾਂ ਇੱਕੋ ਹੀ ਡਰਾਈਵ ਕਲਾਸ ਹੈ ਹੁਣ ਐਗਜ਼ਾਮਪਲ 'ਚ ਦੇਖ ਪਾ ਰਹੇ ਹੋ ਏ ਕਲਾਸ ਤੋਂ ਬੀ ਕਲਾਸ ਇਨਹੈਰਿਟ ਹੋ ਰਹੀ ਹੈ ਅਤੇ ਇਹਦਾ ਡਾਟਾ ਬੀ 'ਚ ਜਾ ਰਿਹਾ ਸੈਕਿੰਡ ਟਾਈਪ ਹੈ ਆਪਣੀ ਮਲਟੀਪਲ ਇਨਹੈਰੀਟੈਂਸ ਹੁਣ ਇਹਦੇ 'ਚ ਕੀ ਹੋ ਰਿਹਾ ਦੋ ਕਲਾਸਿਸ ਦਾ ਡਾਟਾ ਇੱਕ ਸਿੰਗਲ ਕਲਾਸ ਹੁਣ ਦੋ ਤੋਂ ਵੱਧ ਵੀ ਹੋ ਸਕਦੀਆਂ ਵੈਨ ਵੀ ਇਨਹੈਰਿਟ ਟੂ ਔਰ ਮੋਰ ਕਲਾਸਿਸ ਇਨ ਟੂ ਅ ਸਿੰਗਲ ਕਲਾਸ ਦੈਟ ਇਜ਼ ਮਲਟੀਪਲ ਇਨਹੈਰੀਟੈਂਸ ਹੁਣ ਉਹ 'ਚ ਕੀ ਹੋ ਰਿਹਾ ਜਿਸ ਸੀਕੁਐਂਸ 'ਚ ਆਪਾਂ ਇਨਹੈਰਿਟ ਕਰ ਰਹੇ ਹਾਂ ਹੁਣ ਇਸ ਐਗਜ਼ਾਮਪਲ 'ਚ ਦੇਖੋ ਬੀ ਅਤੇ ਸੀ ਦਾ ਡਾਟਾ ਏ 'ਚ ਜਾ ਰਿਹਾ ਤੀਸਰੀ ਐਗਜ਼ਾਮਪਲ ਹੈ ਮਲਟੀ ਲੈਵਲ ਇਨਹੈਰੀਟੈਂਸ ਔਰ ਮਲਟੀ ਲੈਵਲ ਇਨਹੈਰੀਟੈਂਸ 'ਚ ਕੀ ਹੋ ਰਿਹਾ ਇੱਕ ਕਲਾਸ ਦਾ ਡਾਟਾ ਸੈਕਿੰਡ ਲੈਵਲ 'ਤੇ ਜਾ ਰਿਹਾ ਫਿਰ ਸੈਕਿੰਡ ਲੈਵਲ ਦਾ ਡਾਟਾ ਥਰਡ ਲੈਵਲ 'ਤੇ ਹੁਣ ਇਸ ਐਗਜ਼ਾਮਪਲ ਦੇ ਅੰਦਰ ਦੇਖੋ ਪਹਿਲੇ ਸੀ ਦਾ ਡਾਟਾ ਬੀ 'ਚ ਜਾਊਗਾ ਫਿਰ ਬੀ ਦਾ ਡਾਟਾ ਏ 'ਚ ਵੈਨ ਵੀ ਇਨਹੈਰਿਟ ਅ ਕਲਾਸ ਫਰੋਮ ਅ ਕਲਾਸ ਵਿਚ ਇਜ਼ ਆਲਰੇਡੀ ਇਨਹੈਰਿਟਿਡ ਦੈਟ ਇਜ਼ ਮਲਟੀ ਲੈਵਲ ਇਨਹੈਰੀਟੈਂਸ ਟੋਪ ਲੈਵਲ 'ਤੇ ਲੈਵਲ 0 ਲੈਵਲ 1 ਐਂਡ ਲੈਵਲ 2 ਫੋਰਥ ਟਾਈਪ ਹੈ ਆਪਣੀ ਹਰਾਰੀਕਲ ਇਨਹੈਰੀਟੈਂਸ ਹੁਣ ਇਹਦੇ 'ਚ ਕੀ ਹੈ ਮਲਟੀਪਲ ਤੋਂ ਆਪੋਜ਼ਿਟ ਹੈ ਇੱਕ ਸਿੰਗਲ ਦਾ ਡਾਟਾ ਮਲਟੀਪਲ ਕਲਾਸਿਸ 'ਚ ਆ ਰਿਹਾ ਮਲਟੀਪਲ 'ਚ ਕੀ ਹੋ ਰਿਹਾ ਸੀ ਮਲਟੀਪਲ ਦਾ ਡਾਟਾ ਸਿੰਗਲ 'ਚ ਆ ਰਿਹਾ ਸੀ ਹੁਣ ਜਦ ਵੀ ਆਪਾਂ ਕਿਸੇ ਵੀ ਕੰਪਨੀ ਦਾ ਹਰਾਰੀਕਲ ਰਿਪ੍ਰੈਜੈਂਟੇਸ਼ਨ ਬਣਾਉਣਾ ਤਾਂ ਆਪਾਂ ਹਰਾਰੀਕਲ ਇਨਹੈਰੀਟੈਂਸ ਯੂਜ਼ ਕਰਾਂਗੇ ਹੁਣ ਇੱਥੇ ਕੀ ਹੈ ਸੀ ਦਾ ਡਾਟਾ ਬੀ ਅਤੇ ਈ 'ਚ ਜਾ ਰਿਹਾ ਐਂਡ ਫਰਦਰ ਅਗਲੇ ਲੈਵਲਸ 'ਤੇ ਜਾ ਰਿਹਾ ਲਾਸਟ ਟਾਈਪ ਹੈ ਹਾਈਬ੍ਰਿਡ ਇਨਹੈਰੀਟੈਂਸ ਜਦ ਆਪਾਂ ਇੱਕ ਤੋਂ ਵੱਧ ਇਨਹੈਰੀਟੈਂਸ ਨੂੰ ਕੰਬਾਈਨ ਕਰ ਲੈਂਦੇ ਹਾਂ ਕੰਬੀਨੇਸ਼ਨ ਆਫ ਟੂ ਔਰ ਮੋਰ ਟਾਈਪਸ ਆਫ ਇਨਹੈਰੀਟੈਂਸ ਇਜ਼ ਰੈਫਰਡ ਐਸ ਹਾਈਬ੍ਰਿਡ ਹੁਣ ਇਸ ਐਗਜ਼ਾਮਪਲ 'ਚ ਦੇਖੋ ਆਪਾਂ ਹਾਇਰਾਰਕੀਕਲ ਇਨਹੈਰੀਟੈਂਸ ਅਤੇ ਮਲਟੀਪਲ ਇਨਹੈਰੀਟੈਂਸ ਨੂੰ ਕੰਬਾਈਨ ਕੀਤਾ ਗਿਆ ਹੁਣ ਇਹਦੇ ਨਾਲ ਐਡਵਾਂਟੇਜ ਕੀ ਆ ਆਪਾਂ ਅਲੱਗ ਅਲੱਗ ਪ੍ਰੋਗਰਾਮਿੰਗ ਸਿਚੁਏਸ਼ਨ 'ਚ ਡਿਫਰੈਂਟ ਟਾਈਪਸ ਆਫ ਇਨਹੈਰੀਟੈਂਸ ਨੂੰ ਕੰਬਾਈਨ ਵੀ ਕਰ ਸਕਦੇ ਹਾਂ ਮੈਂ ਉਮੀਦ ਕਰਦਾ ਤੁਹਾਨੂੰ ਮੇਰਾ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਥੈਂਕ ਯੂ ਵੈਰੀ ਮੱਚ